ਤਾਂ ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਸਿਹਤ ਦੇ ਖੇਤਰ ਦੇ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ। ਇੱਕ ਪਾਸੇ ਤਾਂ ਮਾਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਅਸੀਂ 664 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਤੇ ਇਸ ਦੇ ਨਾਲ ਹੀ ਸਤੂਬੇ ਦੇ ਵਿੱਚ 100 ਹੋਰ ਮੁਹੱਲਾ ਕਲੀਨਿਕ ਖੋਲ੍ਹਾਂਗੇ ਜਿਸ ਦੇ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਨਾਲ ਹੀ ਹੁਣ ਤੱਕ ਮੁਹੱਲਾ ਕਲੀਨਿਕਸ ਦੇ ਨੂੰ ਕੰਪਿਊਟਰਾਈਜ਼ ਕਰ ਦਿੱਤਾ ਗਿਆ ਹੈ ਤੇ ਨਾਲ ਹੀ 84 ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ। ਹੁਣ ਨਾਲ ਇੱਕ ਹੋਰ ਦੱਸਦੀ ਹੈ ਕਿ ਪੰਜਾਬ ਸਰਕਾਰ ਇੱਕ ਵੱਡਾ ਤਬਦੀਲੀ ਜੜੀ ਹੈ ਉਹ ਲੈ ਕੇ ਆਉਣ ਜਾ ਰਹੀ ਹੈ ਆਮ ਲੋਕਾਂ ਦੇ ਲਈ ਜੀਹਾਂ ਦੱਸਦੀ ਹੈ ਕਿ ਯੂਟੀ ਯਾਨੀ ਕਿ ਟ੍ਰਾਈ ਸਿਟੀ ਚੰਡੀਗੜ੍ਹ ਦੇ ਵਿੱਚ ਅਸੀਂ ਆਮ ਤੌਰ ਤੇ ਦੇਖਦੇ ਹਾਂ ਪੀਜੀਆਈ ਸਣੇ ਕਈ ਜਿਹੜੇ ਸਰਕਾਰੀ ਹਸਪਤਾਲ ਨੇ ਉੱਥੇ ਤੁਹਾਨੂੰ ਆਨਲਾਈਨ ਜਿਹੜਾ ਹੈ ਪਰਚੀ ਕੱਟੀ ਜਾਂਦੀ ਹੈ ਜਿਸ ਕਾਰਨ ਆਮ ਤੌਰ ਤੇ ਭੀੜ ਕਾਫੀ ਘੱਟ ਦੇਖਣ ਨੂੰ ਮਿਲਦੀ ਹੈ ਪਰਚੀ ਕਾਊਂਟਰ ਤੇ ਪਰ ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਦੈਨਿਕ ਜਾਗਰਣ ਦੀ ਰਿਪੋਰਟ ਦੇ ਅਨੁਸਾਰ ਸਾਰੀ ਜਾਣਕਾਰੀ ਦਵਾਂਗੇ ਕਿ ਪੰਜਾਬ ਸਰਕਾਰ ਦੇ ਵੱਲੋਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਸਿਹਤ ਦੇ ਖੇਤਰ ਦੇ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਮਾਨ ਸਰਕਾਰ ਦਾ ਕਹਿਣਾ ਹੈ ਕਿ ਜਲਦ ਹੀ ਅਸੀਂ ਲਾਗੂ ਕਰ ਸਕਦੇ ਹਾਂ ਇੱਕ ਅਜਿਹੀ ਸਕੀਮ ਜਿਸ ਦੇ ذریعے ਜਿਹੜੇ ਹੈ ਡਾਕਟਰਸ ਤੁਹਾਨੂੰ ਆਨਲਾਈਨ ਅਪਾਇੰਟਮੈਂਟ ਦੇ ਗੇ ਤੇ ਇਸ ਕਾਰਨ ਜਿਹੜੇ ਹੈ ਮਰੀਜ਼ਾਂ ਨੂੰ ਕਾਫੀ ਜ਼ਿਆਦਾ ਖੱਜਲ ਖਵਾਰੀ ਤੋਂ ਰਾਹਤ ਮਿਲੇਗੀ ਦਰਅਸਲ ਦੱਸਦੀ ਹੈ ਕਿ ਮਰੀਜ਼ ਜਦੋਂ ਸਰਕਾਰੀ ਹਸਪਤਾਲਾ ਦੇ ਵਿੱਚ ਜਾਂਦੇ ਨੇ ਦੋ ਵਾਰ ਉਹਨਾਂ ਨੂੰ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਹੈ ਪਹਿਲੀ ਲਾਈਨ ਜਦੋਂ ਪਰਚੀ ਕਟਵਾਣੀ ਹੁੰਦੀ ਹੈ ਲੰਬੀ ਲਾਈਨਾਂ ਉਧਰ ਮਰੀਜ਼ ਦੀ ਹਾਲਤ ਬੇਹਾਲ ਹੋ ਜਾਂਦੀ ਹੈ ਤੇ ਦੂਸਰੀ ਲਾਈਨ ਜਦੋਂ ਪਰ ਡਾਕਟਰ ਦੇ ਕੋਲ ਇਲਾਜ ਕਰਵਾਉਣ ਦੇ ਲਈ ਜਾਣਾ ਪੈਂਦਾ ਹੈ ਉੱਥੇ ਵੀ ਲੰਬੀ ਲਾਈਨ ਲੱਗੀ ਰਹਿੰਦੀ ਹੈ ਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਡਾਕਟਰ ਦਾ ਟਾਈਮ ਲੰਚ ਦਾ ਹੋ ਜਾਂਦਾ ਹੈ ਜਾਂ ਘਰ ਜਾਣ ਦਾ ਹੋ ਜਾਂਦਾ ਹੈ ਪਰ ਮਰੀਜ਼ ਇੱਡੇ ਲੰਬੀ ਲਾਈਨ ਦੇ ਵਿੱਚ ਹੁੰਦੇ ਨੇ ਕਿ ਡਾਕਟਰ ਕਈ ਵਾਰ ਨਹੀਂ ਮਿਲ ਪਾਉਂਦੇ ਨੇ ਮਾਨ ਸਰਕਾਰ ਦੇ ਵੱਲੋਂ ਹੁਣ ਵੱਡੀ ਤਬਦੀਲੀ ਨੂੰ ਲੈ ਕੇ ਅਪਡੇਟਸ ਦਿੱਤੀ ਜਾ ਰਹੀਆਂ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਹੁਣ ਡਾਕਟਰਸ ਤੋਂ ਆਨਲਾਈਨ ਅਪਾਇੰਟਮੈਂਟ ਮਿਲਣਗੇ। ਜਿਸ ਨਾਲ ਆਮ ਲੋਕ ਕਾਫੀ ਜ਼ਿਆਦਾ ਜਿਹੜੇ ਹੈ ਸੁਖ ਵੀ ਸੁਖੀ ਚ ਰਹਿਣਗੇ ਤੇ ਨਾਲ ਹੀ ਡਾਕਟਰਸ ਵੀ ਕਾਫੀ ਜ਼ਿਆਦਾ ਖੱਜਲ-ਖਵਾਰੀ ਤੋਂ ਦੂਰ ਰਹਿਣਗੇ ਕਿਉਂਕਿ ਡਾਕਟਰ ਨੂੰ ਪਹਿਲਾਂ ਹੀ ਪਤਾ ਹੋਵੇਗਾ ਕਿ ਉਸ ਕੋਲ ਕਿੰਨੀ ਜ਼ਿਆਦਾ ਮਰੀਜ਼ਾਂ ਦੀ ਗਿਣਤੀ ਆਣੀ ਹੈ ਤੇ ਕਦੋਂ ਤੱਕ ਮਰੀਜ਼ ਆ ਸਕਦੇ ਨੇ। ਤਦਾਲ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਹੈ ਮਰੀਜ਼ਾਂ ਨੂੰ ਦੋ ਵਾਰ ਖੱਜਲ ਖਵਾਰ ਹੋਣਾ ਪੈਂਦਾ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੀਜੀਆਈ ਸਮੇਤ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਤਾਂ ਆਨਲਾਈਨ ਕਾਰਡ ਬਣਵਾਉਣ ਦੀ ਸਹੂਲਤ ਹੈ ਇਸ ਦੇ ਵਿੱਚ ਪਰਚੀ ਬਣਾ ਕੇ ਕਾਊਂਟਰ ਦੇ ਵਿੱਚ ਭੀੜ ਵੀ ਬਹੁਤ ਘੱਟ ਹੋਈ ਹੈ ਪਰ ਹੁਣ ਪੰਜਾਬ ਸਰਕਾਰ ਮਰੀਜ਼ਾਂ ਨੂੰ ਆਨਲਾਈਨ ਅਪਾਇੰਟਮੈਂਟ ਜਿਹੜੀ ਹੈ ਦੇਣ ਦੀ ਤਿਆਰੀ ਦੇ ਵਿੱਚ ਹੈ ਜਿਸ ਵਿੱਚ ਮਰੀਜ਼ ਜਿਹੜੇ ਨੇ ਆਨਲਾਈਨ ਅਪਾਇੰਟਮੈਂਟ ਲੈ ਕੇ ਸਮੇਂ ਸਿਰ ਹੀ ਆ ਸਕਦੇ ਨੇ ਹਸਪਤਾਲ ਦੇ ਵਿੱਚ ਯਾਨੀ ਕਿ ਡਾਕਟਰ ਨੂੰ ਵੀ ਪਤਾ ਹੈ ਕਿ ਮਰੀਜ਼ ਕਿਸ ਨੇ ਆੜਾ ਹੈ ਤੇ ਮਰੀਜ਼ ਨੂੰ ਵੀ ਪਤਾ ਹੈ ਕਿ ਡਾਕਟਰ ਕਿੰਨੀ ਵਜੇ ਉਸ ਲਈ ਉਪਲਬਧ ਹੋਵੇਗਾ ਤੇ ਡਾਕਟਰ ਨੂੰ ਵੀ ਬਾਅਦ ਵਿੱਚ ਕੋਈ ਖੱਜਲ ਖਵਾਰੀ ਨਹੀਂ ਹੋਵੇਗੀ ਤੇ ਨਾਲ ਹੀ ਦੱਸਦੀ ਹੈ ਕਿ ਡਾਕਟਰ ਨੂੰ ਪਤਾ ਹੋਵੇਗਾ ਕਿ ਮਰੀਜ਼ਾਂ ਦੀ ਸੰਖਿਆ ਕਿੰਨੀ ਹੈ ਇਸ ਯੋਜਨਾ ਨੂੰ ਪਾਇਲਟ ਪ੍ਰੋਜੈਕਟ ਦੇ ਤਹਿਤ ਲਾਗੂ ਕੀਤਾ ਜਾਵੇਗਾ ਪਹਿਲਾ ਸੋਵੇ ਚਾਰ ਤੋਂ ਪੰਜ ਵੱਡੇ ਸ਼ਹਿਰਾਂ ਦੇ ਵਿੱਚ ਇਸ ਨੂੰ ਲਾਗੂ ਕੀਤਾ ਜਾਵੇਗਾ ਤੇ ਨਾਲ ਹੀ ਸਰਕਾਰ ਦਾ ਮੰਨਣਾ ਹੈ ਇਸ ਦੇ ਨਾਲ ਹੀ ਮਰੀਜ਼ਾਂ ਦਾ ਜਿਹੜਾ ਸਮੇਂ ਵੀ ਬਚੇਗਾ ਉੱਥੇ ਹੀ ਹਸਪਤਾਲ ਦੇ ਵਿੱਚ ਜਿਹੜੀ ਬੇਵਜ੍ਹਾ ਭੀੜ ਹੁੰਦੀ ਹੈ ਉਸ ਨੂੰ ਵੀ ਕੰਟਰੋਲ ਕੀਤਾ ਜਾਵੇਗਾ ਨਹੀਂ ਤਾਂ ਡਾਕਟਰ ਜਿਹੜੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਆਂਦੀ ਹੈ ਤੇ ਨਾਲ ਉਸ ਚੀਜ਼ ਦੇ ਵਿੱਚ ਵੀ ਸੁਧਾਰ ਹੋਵੇਗਾ ਸੂਤਰਾ ਦੇ ਅਨੁਸਾਰ ਇਸ ਯੋਜਨਾ ਨੂੰ ਜਲਦੀ ਮੁੱਖ ਮੰਤਰੀ ਮਨਜ਼ੂਰੀ ਦੇ ਸਕਦੇ ਨੇ ਤੇ ਪਹਿਲੇ ਚਰਨ ਦੇ ਵਿੱਚ ਸਰਕਾਰ ਦੇ ਵੱਲੋਂ ਆਮ ਆਦਮੀ ਮਹੱਲਾ ਕਲੀਨਿਕਸ ਨੂੰ ਕੰਪਿਊਟਰਾਈਜ਼ ਕਰਕੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਰੁਟੀਨ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੀ ਭੀੜ ਨੂੰ ਕੱਟ ਕਰਨਾ ਹੈ ਤਾਂ ਜੋ ਜਿਹੜੇ ਮਰੀਜ਼ ਆ ਸਿੱਧੇ ਤੌਰ ਤੇ ਮਹੱਲਾ ਕਲੀਨਿਕ ਦੇ ਵਿੱਚ ਇਲਾਜ ਕਰਨ ਜਾਣ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਡਾਕਟਰ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਲੀਨਿਕ ਦੇ ਵਿੱਚ 84 ਪ੍ਰਕਾਰ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ 40 ਪ੍ਰਕਾਰ ਦੇ ਟੈਸਟ ਹੋ ਰਹੇ ਨੇ ਤੇ ਨਾਲ ਦੱਸ ਦਈਏ ਕਿ ਆਨਲਾਈਨ ਅਪਾਇੰਟਮੈਂਟ ਲੈਣ ਵਾਲੇ ਮਰੀਜ਼ਾਂ ਨੂੰ ਪਤਾ ਹੋਵੇਗਾ ਕਿ ਡਾਕਟਰ ਕਿੰਨੇ ਵਜੇ ਉਹਨਾਂ ਦੇ ਲਈ ਉਪਲਬਧ ਹੋਵੇਗਾ ਤੇ ਇਸ ਦੇ ਤਹਿਤ ਲਾਈਨਾਂ ਵੀ ਘੱਟ ਲੱਗਣਗੇ ਤੇ ਸਿੱਧੇ ਤੌਰ ਤੇ ਡਾਕਟਰ ਕੋਲ ਜਾ ਕੇ ਉਹ ਆਪਣਾ ਇਲਾਜ ਕਰਵਾ ਸਕਦੇ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਰੀਜਿਟੇਲਾਈਜੇਸ਼ਨ ਕਰਨ ਦੀ ਕੋਸ਼ਿਸ਼ ਜੋ ਹੈ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸਰਕਾਰ ਆਉਣ ਵਾਲੇ 4 ਤੋ ਪੰਜ ਜਿਹੜੇ ਹੈ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਦੇ ਵਿੱਚ ਸਭ ਤੋਂ ਪਹਿਲਾਂ ਇਸ ਨੂੰ ਲਾਗੂ ਕਰੇਗੀ ਪਾਇਲਟ ਪ੍ਰੋਜੈਕਟ ਨਾਮ ਦਿੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੋਹੱਲਾ ਕਲੀਨਿਕ ਨੂੰ ਕੰਪਿਊਟਰਾਈਜ਼ ਕਰੇਗੀ ਤਾਂ ਜੋ ਜਿਹੜੇ ਮਰੀਜ਼ ਨੇ ਉਹ 84 ਪ੍ਰਕਾਰ ਦੀਆਂ ਬਿਮਾਰੀਆਂ ਹੋਣ ਉਹਨਾਂ ਨੂੰ ਜਾਂ ਫਿਰ ਜੋ ਕਹ ਲਈਏ 10 ਤੋਂ 40 ਜਿਹੜਾ ਟੈਸਟ ਹੈ ਉਹ ਮੋਹੱਲਾ ਕਲੀਨਿਕ ਦੇ ਵਿੱਚ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਬਾਅਦ ਵਿੱਚ ਫਿਰ ਨੂੰ ਘਟ ਕਰਕੇ ਜਿਹੜਾ ਹੈ ਉਹ ਆਨਲਾਈਨ ਡਾਕਟਰਸ ਨਾਲ ਅਪਾਇੰਟਮੈਂਟ ਲੈ ਸਕ ਇਨੇ ਮਰੀਜ਼ ਤਾਂ ਜੋ ਡਾਕਟਰ ਨੂੰ ਵੀ ਖੱਜਲ ਖਵਾਰੀ ਨਾ ਹੋਵੇ ਤੇ ਡਾਕਟਰਸ ਨੂੰ ਵੀ ਪਤਾ ਹੋਵੇ ਕਿ ਕਿੰਨੇ ਕੁ ਮਰੀਜ਼ ਉਹਨਾਂ ਨੂੰ ਅੱਜ ਦੇਖਣੇ ਆ ਤੇ ਇਸ ਦੇ ਨਾਲ ਹੀ ਜਿਹੜੇ ਡਾਕਟਰਸ ਵੀ ਕਾਫੀ ਸੁਖੀ ਰਹਿਣਗੇ ਤੇ ਨਾਲ ਹੀ ਮਰੀਜ਼ਾਂ ਨੂੰ ਪਤਾ ਹੋਵੇਗਾ ਕਿ ਮੇਰਾ ਨੰਬਰ ਇਸ ਸਮੇਂ ਆਣਾ ਹੈ ਤਾਂ ਮੈਂ ਇਸ ਤਰੀਕੇ ਇਨੇ ਵਜੇ ਤੱਕ ਡਾਕਟਰ ਕੋਲ ਆਪਣਾ ਇਲਾਜ ਕਰਵਾਉਣ ਲਈ ਜਾ ਸਕਦਾ ਹੈ ਤਾਂ ਇਹ ਅਜੀ ਇਸ ਨੂੰ ਮંજੂਰੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇਣੀ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਦੈਨਿਕ ਜਾਗਰਾਂ ਦੀ ਰਿਪੋਰਟ ਦੇ ਅਨੁਸਾਰ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਹੈ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਸੀ ਪੰਜਾਬ ਦੇ ਨਾਲ